ਹਾਂਜੀ ਸਤਿ ਸ੍ਰੀ ਅਕਾਲ ਜੀ, ਅੱਜ ਲੈ ਕੇ ਮੈਂ ਤੁਹਾਡੇ ਲਈ ਜੀ ਮੂਲੀ ਪਰਾਂਠੇ ਦੀ ਰੈਸਪੀ। ਤਾਂ ਢਾਬੇ ਦੀ ਤਰ੍ਹਾਂ ਆਪਾਂ ਘਰ ਦੇ ਵਿੱਚ ਮੂਲੀ ਪਰਾਂਠਾ ਕਿਵੇਂ ਬਣਾ ਸਕਦੇ ਹਾਂ ਅਤੇ ਕਿਹੜਾ ਕਿਹੜਾ ਸਮਾਨ ਚਾਹੀਦਾ ਆਪਾਂ ਨੂੰ ਮੂਲੀ ਪਰਾਂਠਾ ਬਣਾਉਣ ਦੇ ਲਈ, ਤਾਂ ਲਓ ਫਿਰ ਬਣਾਉਣਾ ਕਰਦੇ ਹਾਂ ਸ਼ੁਰੂ। ਜਿਹੜੇ ਆਏ ਮੇਰੇ ਚੈਨਲ 'ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਸਭ ਤੋਂ ਪਹਿਲਾਂ ਗੁੰਨ ਲਾਂਗੇ ਜੀ ਆਪਾਂ ਆਟਾ। ਤਾਂ ਆਟਾ ਲਿਆ ਜੀ ਮੈਂ 3 ਕੱਪ। ਅੱਧਾ ਚਮਚ ਪਾਵਾਂਗੇ ਆਪਾਂ ਨਮਕ ਦਾ। 1 ਟੀਸਪੂਨ ਪਾਵਾਂਗੇ ਜੀ ਆਪਾਂ ਘਿਓ ਦਾ। ਘਿਓ ਪਾਉਣ ਦੇ ਨਾਲ ਆ ਜਿਹੜੇ ਜੀ ਪਰੌਂਠੇ ਆਪਣੇ ਜਿਹੜੇ ਉਹ ਖਸਤਾ ਬਣਨਗੇ। ਤਾਂ ਆਟੇ ਨੂੰ ਆ ਜਿਹੜਾ ਜੀ ਆਪਾਂ ਥੋੜ੍ਹਾ ਜਿਹਾ ਨਰਮ ਗੁੰਨਣਾ, ਜ਼ਿਆਦਾ ਟਾਈਟ ਨਹੀਂ ਹੋਣਾ ਚਾਹੀਦਾ। ਤਾਂ ਲਓ ਜੀ ਆਟਾ ਜਿਹੜਾ ਆਪਣਾ ਗੁੰਝ ਚੁੱਕਿਆ। ਤਾਂ ਇਸ ਤਰ੍ਹਾਂ ਦਾ ਨਰਮ ਹੋਣਾ ਚਾਹੀਦਾ। ਤਾਂ 10 ਤੋਂ 15 ਮਿੰਟ ਦੇ ਲਈ ਰੱਖ ਦਿੰਦੇ ਜੀ ਆਪਾਂ ਇਹਨੂੰ ਰੈਸਟ 'ਤੇ। ਤਾਂ 1/2 ਕਿਲੋ ਲਈ ਸੀ ਆਪਾਂ ਮੂਲੀ, ਅਤੇ ਮੂਲੀ ਨੂੰ ਜਿਹੜਾ ਜੀ ਛਿੱਲ ਲਿਆ। ਤਾਂ ਹੁਣ ਕਰਦੇ ਹਾਂ ਆਪਾਂ ਇਹਨੂੰ ਕੱਦੂਕਸ਼। ਤਾਂ ਕੱਦੂਕਸ਼ ਕਰਨ ਦੇ ਲਈ ਜੀ ਆਪਾਂ ਸਾਈਜ਼ ਵਰਤਾਂਗੇ ਮੀਡੀਅਮ। ਤਾਂ ਲਓ ਜੀ ਮੂਲੀ ਨੂੰ ਹੈ ਜਿਹੜਾ ਜੀ ਆਪਾਂ ਕੱਦੂਕਸ਼ ਕਰ ਲਿਆ। ਤਾਂ ਇਸ ਤਰ੍ਹਾਂ ਪਲੇਟ ਦੇ ਵਿੱਚ ਵਿਛਾ ਲਾਂਗੇ ਕੱਪੜਾ, ਅਤੇ ਮੂਲੀ ਨੂੰ ਜਿਹੜੇ ਨੂੰ ਆਪਾਂ ਕੱਦੂਕਸ਼ ਕੀਤਾ ਹੋਇਆ ਸਾਰੀ ਮੂਲੀ ਨੂੰ ਇੱਕ ਵਾਰੀ ਪਾ ਲਾਂਗੇ। ਤਾਂ ਲਓ ਜੀ ਸਾਰੀ ਮੂਲੀ ਹੈ ਜਿਹੜੀ ਆਪਾਂ ਪਾਲੀ ਹੈ। ਤਾਂ ਇਸ ਤਰ੍ਹਾਂ ਇਹਦੀ ਆਪਾਂ ਪੋਟਲੀ ਬਣਾ ਲਾਂਗੇ, ਜਿਸ ਤਰ੍ਹਾਂ ਆਪਾਂ ਪਨੀਰ ਦਾ ਪਾਣੀ ਕੱਢਦੇ ਹੁੰਦੇ ਹਾਂ। ਤਾਂ ਇਸ ਤਰ੍ਹਾਂ ਜਿਹੜਾ ਜਿਹੜੀ ਮੂਲੀ ਦਾ ਪਾਣੀ ਹੈ ਜਿਹੜਾ ਜੀ ਉਹ ਸਾਰਾ ਨਿਕਲ ਜੂਗਾ। ਜੇ ਤੁਸੀਂ ਹੱਥ ਦੇ ਨਾਲ ਕੱਢੋਗੇ ਤਾਂ ਹੱਥ ਦੇ ਨਾਲ ਆ ਜਿਹੜਾ ਮੂਲੀ ਦਾ ਪਾਣੀ ਆ ਜਿਹੜਾ ਸਾਰਾ ਨਹੀਂ ਨਿਕਲਦਾ। ਤਾਂ ਕੱਪੜੇ ਦੇ ਵਿੱਚ ਪਾ ਕੇ ਤੁਸੀਂ ਮਰੋੜ ਕੇ ਇਹਦਾ ਪਾਣੀ ਕੱਢ ਲੈਣਾ। ਤਾਂ ਇਸ ਤਰ੍ਹਾਂ ਜਿਹੜਾ ਜੀ ਇਹਦਾ ਪਾਣੀ ਆ ਸਾਰਾ ਨਿਕਲ ਜੂਗਾ। ਦੇਖ ਸਕਦੇ ਹੋ ਕਿੰਨਾ ਪਾਣੀ ਆ ਜਿਹੜਾ ਨਿਕਲ ਚੁੱਕਿਆ। ਤਾਂ ਲਓ ਜੀ ਇੰਨਾ ਪਾਣੀ ਆ ਜਿਹੜਾ ਮੂਲੀ ਦਾ ਨਿਕਲਿਆ। ਤਾਂ ਮੂਲੀ ਆ ਜਿਹੜੀ ਜੀ ਆਪਣੀ ਪੂਰੀ ਡਰਾਈ ਹੋ ਚੁੱਕੀ ਆ ਹੁਣ। ਤਾਂ ਦੇਖ ਸਕਦੇ ਹੋ ਤੁਸੀਂ ਫੁੱਲ ਡਰਾਈ ਆ। ਤਾਂ ਇਸ ਤਰ੍ਹਾਂ ਦੀ ਜਿਹੜੀ ਜੀ ਆਪਣੀ ਮੂਲੀ ਚਾਹੀਦੀ ਹੈ ਮੂਲੀ ਪਰੌਂਠੇ ਬਣਾਉਣ ਦੇ ਲਈ। ਤਾਂ ਲਓ ਜੀ ਚੁੱਲ੍ਹੇ 'ਤੇ ਰੱਖਦੇ ਹਾਂ ਆਪਾਂ ਪੈਨ। ਤਾਂ 1 ਟੀਸਪੂਨ ਪਾਵਾਂਗੇ ਆਪਾਂ ਸਰ੍ਹੋਂ ਦਾ ਤੇਲ। ਤਾਂ ਤੇਲ ਨੂੰ ਆ ਜਿਹੜਾ ਜੀ ਥੋੜ੍ਹਾ ਜਿਹਾ ਆਪਾਂ ਗਰਮ ਹੋਣ ਦਿੰਦੇ ਹਾਂ। ਤਾਂ ਲਓ ਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ। ਤਾਂ 1/2 ਟੀਸਪੂਨ ਪਾਵਾਂਗੇ ਆਪਾਂ ਜੀਰੇ ਦਾ। ਤਾਂ 2 ਲਈਆਂ ਜੀ ਆਪਾਂ ਹਰੀਆਂ ਮਿਰਚਾਂ, ਅਤੇ ਹਰੀਆਂ ਮਿਰਚਾਂ ਨੂੰ ਜਿਹੜਾ ਜੀ ਆਪਾਂ ਚੌਪ ਕਟਿੰਗ ਕੀਤਾ ਹੋਇਆ। 1/2 ਲਿਆ ਜੀ ਆਪਾਂ ਪਿਆਜ਼, ਅਤੇ ਪਿਆਜ਼ ਨੂੰ ਵੀ ਜਿਹੜਾ ਜੀ ਚੌਪ ਕਟਿੰਗ ਕੀਤਾ ਹੋਇਆ। ਤਾਂ ਪਿਆਜ਼ ਆ ਜਿਹੜੇ ਜੀ ਆਪਾਂ ਥੋੜ੍ਹੇ ਜਿਹੇ ਭੁੰਨ ਲੈਣੇ ਆ, ਜ਼ਿਆਦਾ ਨਹੀਂ ਗੇ ਜਿਹੜੇ ਜੀ ਆਪਾਂ ਭੁੰਨਣੇ ਹੈਗੇ, ਬਸ ਥੋੜ੍ਹਾ ਜਿਹਾ ਜਿਹੜਾ ਜੀ ਕੱਚਾ ਪਣ ਜਾ ਇਹਨਾਂ ਦਾ ਦੂਰ ਹੋ ਜੇ। ਤਾਂ ਲਓ ਜੀ ਪਿਆਜ਼ ਆ ਜਿਹੜੇ ਜੀ ਆਪਣੇ ਭੁੱਜ ਚੁੱਕੇ, ਅਤੇ ਹੁਣ ਪਾ ਲਾਂਗੇ ਆਪਾਂ ਮੂਲੀ। ਤਾਂ ਮੂਲੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੀ ਡਰਾਈ ਹੋਈ ਹੈ ਆਪਣੀ। ਤਾਂ ਇਸ ਤਰ੍ਹਾਂ ਜਿਹੜਾ ਜੀ ਮੂਲੀ ਦਾ ਪਾਣੀ ਹੈ ਜਿਹੜਾ ਜੀ ਸਾਰਾ ਨਿਕਲ ਜਾਂਦਾ ਜੇ ਤੁਸੀਂ ਕੱਪੜੇ ਦੇ ਨਾਲ ਕੱਢੋਗੇ। ਹੱਥ ਦੇ ਨਾਲ ਆ ਜਿਹੜਾ ਜੀ ਪਾਣੀ ਮੂਲੀ ਦਾ ਨਹੀਂ ਨਿਕਲਦਾ ਗਾ ਸਾਰਾ। ਤਾਂ ਹੀ ਆ ਜਿਹੜੇ ਜੀ ਪਰੌਂਠੇ ਆਪਣੇ ਫਿਰ ਟੁੱਟਣੇ ਸ਼ੁਰੂ ਹੋ ਜਾਂਦੇ ਆ, ਅਤੇ ਗਿੱਲੇ ਜਿਹੇ ਹੋ ਜਾਂਦੇ ਅੰਦਰ ਤੋਂ। ਤਾਂ 1/2 ਤੋਂ ਥੋੜ੍ਹਾ ਜਿਹਾ ਜ਼ਿਆਦਾ ਪਾਵਾਂਗੇ ਆਪਾਂ ਮਸਾਲੇ ਦਾ। ਤਾਂ 1/2 ਟੀਸਪੂਨ ਪਾਵਾਂਗੇ ਆਪਾਂ ਲਾਲ ਮਿਰਚ ਦਾ। 1/2 ਟੀਸਪੂਨ ਪਾਵਾਂਗੇ ਆਪਾਂ ਹਲਦੀ ਪਾਊਡਰ। ਨਮਕ ਆ ਜਿਹੜਾ ਜੀ ਉਹ ਪਹਿਲਾਂ ਨਹੀਂ ਪਾਉਣਾ ਤੁਸੀਂ। ਤਾਂ ਮਸਾਲੇ ਆ ਜਿਹੜੇ ਜੀ ਆਪਾਂ ਸਾਰੇ ਮਿਕਸ ਕਰ ਲੈਣੇ ਆ।
ਵੈਸੇ ਤਾਂ ਤੁਸੀਂ ਮੂਲੀ ਨੂੰ ਕੱਦੂਕਸ ਕਰਕੇ ਉਵੇਂ ਕੱਚੀ ਦੇ ਵੀ ਪਰੌਂਠੇ ਬਣਾ ਸਕਦੇ ਹੋ, ਪਰ ਜੇਕਰ ਤੁਸੀਂ ਇੱਦਾਂ ਪਰੌਂਠੇ ਬਣਾਉਂਗੇ ਤਾਂ ਬਹੁਤ ਜ਼ਿਆਦਾ ਵਧੀਆ ਬਣਨਗੇ। ਤਾਂ ਇੱਕ ਵਾਰੀ ਟਰਾਈ ਕਰਨਾ ਤੁਸੀਂ, ਤਾਂ ਬਹੁਤ ਹੀ ਜ਼ਿਆਦਾ ਵਧੀਆ ਪਰੌਂਠੇ ਬਣਨਗੇ। ਤਾਂ ਲਓ ਜੀ, ਮਸਾਲੇ ਆ ਜਿਹੜੇ ਆਪਣੇ ਮਿਕਸ ਹੋ ਚੁੱਕੇ ਆ, ਤਾਂ ਹੁਣ ਪਾਵਾਂਗੇ ਆਪਾਂ ਨਮਕ, ਅਤੇ ਨਮਕ ਆ ਜਿਹੜਾ ਜੀ ਆਪਾਂ ਸਵਾਦ ਅਨੁਸਾਰ ਪਾਵਾਂਗੇ, ਜਿੰਨਾ ਤੁਹਾਨੂੰ ਲੋੜ ਆ ਤੁਸੀਂ ਪਾ ਸਕਦੇ ਹੋ। ਆਖਿਰ 'ਤੇ ਪਾਵਾਂਗੇ ਆਪਾਂ ਹਰਾ ਧਨੀਆ ਬਰੀਕ ਕੱਟਿਆ ਹੋਇਆ ਜੀ, ਤਾਂ ਧਨੀਆ ਨੂੰ ਵੀ ਆ ਜਿਹੜਾ ਜੀ ਮਿਕਸ ਕਰ ਲਾਂਗੇ ਆਪਾਂ। ਤਾਂ ਲਓ ਜੀ, ਮੂਲੀ ਪਰੌਂਠੇ ਦੇ ਲਈ ਆਪਣੀ ਜਿਹੜੀ ਸਟਫਿੰਗ ਬਣ ਕੇ ਹੋ ਚੁੱਕੀ ਆ ਤਿਆਰ, ਅਤੇ ਲਾਹ ਲੈਂਦੇ ਹਾਂ ਜੀ ਆਪਾਂ। ਤਾਂ ਪੇੜਾ ਜਿਹੜਾ ਜੀ ਵੱਡੇ ਸਾਈਜ਼ ਦਾ ਲੈਣਾ ਤੁਸੀਂ, ਤਾਂ ਇਸ ਤਰ੍ਹਾਂ ਪਤਲਾ ਕਰ ਲੈਣਾ ਪੇੜੇ ਨੂੰ, ਸਟਫਿੰਗ ਦੇ ਵਾਸਤੇ ਜਾਣੀ ਕਿ ਥਾਂ ਬਣਾ ਲੈਣਾ। ਤਾਂ ਇਸ ਤਰ੍ਹਾਂ ਜਿਹੜਾ ਜੀ ਆਪਾਂ ਸਟਫਿੰਗ ਨੂੰ ਰੱਖ ਲਾਂਗੇ ਸੈਂਟਰ 'ਚ, ਤਾਂ ਸਾਈਡ ਤੋਂ ਚੱਕਦੇ ਹੋਏ ਇਹਨੂੰ ਆਪਾਂ ਉੱਪਰ ਤੋਂ ਬੰਦ ਕਰਦੇ ਜਾਵਾਂਗੇ। ਇਸ ਤਰ੍ਹਾਂ ਸਟਫਿੰਗ ਆ ਜਿਹੜੀ ਜੀ ਆਪਣੀ ਸੈਂਟਰ 'ਚ ਰਹਿਣੀ ਚਾਹੀਦੀ ਆ, ਤਾਂ ਇਸ ਤਰ੍ਹਾਂ ਜਿਹੜਾ ਜੀ ਆਪਾਂ ਨੂੰ ਬੰਦ ਕਰ ਲਾਂਗੇ। ਤਾਂ ਇਸ ਤਰ੍ਹਾਂ ਜਿਹੜਾ ਜੀ ਪੇੜੇ ਨੂੰ ਆ ਜਿਹੜਾ ਜੀ ਬੰਦ ਕਰ ਲੈਣਾ। ਤਾਂ ਹੁਣ ਆ ਜਿਹੜਾ ਜੀ ਇਹਨੂੰ ਆਪਾਂ ਪ੍ਰੈਸ ਕਰਾਂਗੇ, ਤਾਂ ਸਟਫਿੰਗ ਨੂੰ ਆ ਜਿਹੜਾ ਜੀ ਆਪਾਂ ਸਾਰੇ ਪਰੌਂਠੇ ਦੇ ਵਿੱਚ ਖਿਲਾਰ ਲਵਾਂਗੇ ਇਸ ਤਰ੍ਹਾਂ। ਤਾਂ ਲਓ ਜੀ, ਸੁੱਕਾ ਆਟਾ ਲਾਵਾਂਗੇ ਆਪਾਂ, ਤਾਂ ਹੱਥ ਦੇ ਨਾਲ ਆ ਜਿਹੜਾ ਜੀ ਤੁਸੀਂ ਇਹਨੂੰ ਚੌੜਾ ਕਰ ਲੈਣਾ। ਬਹੁਤ ਹੀ ਜ਼ਿਆਦਾ ਸੌਖਾ ਹੈ ਇਸ ਤਰ੍ਹਾਂ ਜਿਹੜਾ ਜੀ ਪਰੌਂਠਾ ਬਣਾਉਣਾ। ਤਾਂ ਜੇਕਰ ਤੁਸੀਂ ਦੋ ਰੋਟੀਆਂ ਜੋੜ ਕੇ ਬਣਾਉਣਾ ਤਾਂ ਉੱਦਾਂ ਵੀ ਬਣਾ ਸਕਦੇ ਹੋ, ਪਰ ਜ਼ਿਆਦਾ ਸੌਖਾ ਇਸ ਤਰ੍ਹਾਂ ਬਣੂੰਗਾ। ਤਾਂ ਲਓ ਜੀ, ਹੁਣ ਇਹਨੂੰ ਆਪਾਂ ਜਿਹੜਾ ਜੀ ਵੇਲ ਲਾਂਗੇ। ਤਾਂ ਲਓ ਜੀ, ਦੇਖ ਸਕਦੇ ਹੋ ਫੁੱਲ ਸਾਈਜ਼ ਦਾ ਪਰੌਂਠਾ, ਅਤੇ ਪੂਰਾ ਗੋਲ ਪਰੌਂਠਾ ਬਣੂੰਗਾ। ਤਾਂ ਇਸ ਤਰ੍ਹਾਂ ਜੇਕਰ ਤੁਸੀਂ ਪਰੌਂਠਾ ਬਣਾਉਂਗੇ ਤਾਂ ਜ਼ਿਆਦਾ ਸੌਖਾ ਬਣੂੰਗਾ, ਤਾਂ ਸਾਰੇ ਪਰੌਂਠੇ ਦੇ ਵਿੱਚ ਸਟਫਿੰਗ ਆ ਜਿਹੜੀ ਜੀ ਆਪਣੀ ਹੋਊਗੀ। ਤਾਂ ਲਓ ਜੀ, ਤਾਂ ਤਵੇ 'ਤੇ ਲਾਵਾਂਗੇ ਜੀ ਆਪਾਂ ਘਿਓ ਦੇਸੀ। ਤਾਂ ਹੁਣ ਪਾਵਾਂਗੇ ਪਰੌਂਠਾ। ਤਾਂ ਲਓ ਜੀ, ਦੇਖ ਸਕਦੇ ਹੋ ਪੂਰੇ ਤਵੇ ਦੇ ਸਾਈਜ਼ ਦਾ ਜਿਹੜਾ ਜੀ ਆਪਣਾ ਪਰੌਂਠਾ ਬਣਿਆ। ਤਾਂ ਪਰੌਂਠੇ ਨੂੰ ਆ ਜਿਹੜਾ ਜੀ ਆਪਾਂ ਥੋੜ੍ਹਾ ਜਿਹਾ ਸਿਕਣ ਦਿੰਦੇ ਹਾਂ, ਫਿਰ ਹੀ ਆ ਜਿਹੜੀ ਆਪਾਂ ਇਹਦੀ ਸਾਈਡ ਚੇਂਜ ਕਰਾਂਗੇ। ਤਾਂ ਲਓ ਜੀ, ਪਰੌਂਠੇ ਦੀ ਉੱਪਰਲੀ ਸਾਈਡ ਲਾਵਾਂਗੇ ਆਪਾਂ ਘਿਓ। ਤਾਂ ਘਿਓ ਆ ਜਿਹੜਾ ਜੀ ਤੁਸੀਂ ਭਰ ਭਰ ਕੇ ਲਾਉਣਾ, ਫਿਰ ਹੀ ਜਿਹੜਾ ਪਰੌਂਠਾ ਆਪਣਾ ਵਧੀਆ ਬਣੂੰਗਾ। ਤਾਂ ਹੁਣ ਕਰਾਂਗੇ ਆਪਾਂ ਇਹਦੀ ਸਾਈਡ ਚੇਂਜ ਜੀ। ਤਾਂ ਇਸ ਤਰ੍ਹਾਂ ਜਿਹੜਾ ਜੀ ਸਿੱਪੀ ਦੇ ਨਾਲ ਚੱਕ ਲਾਂਗੇ। ਤਾਂ ਲਓ ਜੀ, ਦੇਖੋ ਫਿਰ ਤਾਂ ਲਓ ਜੀ ਸਾਈਡ ਚੇਂਜ ਕਰਦੇ ਹਾਂ ਆਪਾਂ ਪਰੌਂਠੇ ਦੀ। ਤਾਂ ਲਓ ਜੀ ਸਾਈਡ ਚੇਂਜ ਕਰ ਲੈਂਦੇ ਆਪਾਂ। ਤਾਂ ਦੂਜੀ ਸਾਈਡ ਨੂੰ ਜਿਹੜਾ ਜੀ ਆਪਾਂ ਥੋੜ੍ਹਾ ਜਿਹਾ ਸੇਕਾਂਗੇ। ਤਾਂ ਲਓ ਜੀ, ਲਾਹ ਲੈਂਦੇ ਹਾਂ ਪਰੌਂਠਾ ਜਿਹੜਾ ਜੀ ਆਪਣਾ ਬਣ ਚੁੱਕਿਆ।
ਲਾਉਣ ਦੇ ਟਾਈਮ ਆ ਜਿਹੜਾ ਜੀ ਬਚਾ ਕੇ ਚੱਕਣਾ ਕਿਉਂਕਿ ਟੁੱਟ ਵੀ ਸਕਦਾ ਨਹੀਂ ਹੈਗਾ। ਤਾਂ ਲਓ ਜੀ ਤਵੇ 'ਤੇ ਲਾਵਾਂਗੇ ਘਿਓ। ਤਾਂ ਲਓ ਜੀ ਇੱਕ ਪਰੌਂਠਾ ਤੁਹਾਨੂੰ ਮੈਂ ਹੋਰ ਵੇਲ ਕੇ ਵਿਖਾ ਦਿੰਦਾ। ਤਾਂ ਸੁੱਕਾ ਆਟਾ ਲਾ ਕੇ ਜਿਹੜਾ ਜੀ ਪੇੜਾ ਬਣਾ ਲੈਣਾ ਤੁਸੀਂ। ਤਾਂ ਲਓ ਜੀ ਪੇੜਾ ਜਿਹੜਾ ਜੀ ਆਪਣਾ ਬਣ ਚੁੱਕਿਆ। ਤਾਂ ਸੈਂਟਰ ਤੋਂ ਥੋੜ੍ਹਾ ਜਿਹਾ ਕਰਾਂਗੇ ਆਪਾਂ ਇਹਨੂੰ ਡੂੰਘਾ। ਤਾਂ ਸਾਈਡਾਂ ਤੋਂ ਜਿਹੜਾ ਜੀ ਥੋੜ੍ਹਾ ਜਿਹਾ ਮੋਟਾ ਰਹੇ ਜਿਹੜਾ। ਤਾਂ ਸੈਂਟਰ ਤੋਂ ਥੋੜ੍ਹਾ ਜਿਹਾ ਪਤਲਾ ਕਰਕੇ ਅਤੇ ਡੂੰਘਾ ਕਰ ਲਾਂਗੇ ਇਸ ਤਰ੍ਹਾਂ। ਤਾਂ ਲਓ ਜੀ ਹੁਣ ਕਰਾਂਗੇ ਆਪਾਂ ਇਹਦੇ ਵਿੱਚ ਸਟਫਿੰਗ ਫਿਲਿੰਗ। ਤਾਂ ਇਸ ਤਰ੍ਹਾਂ ਜਿਹੜੀ ਜੀ ਸਟਫਿੰਗ ਭਰ ਲੈਣੀ ਹੈ। ਤਾਂ ਸਟਫਿੰਗ ਹੈ ਜਿਹੜੀ ਜੀ ਆਪਣੀ ਭਰ ਚੁੱਕੀ ਹੈ। ਤਾਂ ਸਟਫਿੰਗ ਨੂੰ ਜਿਹੜਾ ਜੀ ਥੋੜ੍ਹਾ ਜਿਹਾ ਆਪਾਂ ਥੱਲੇ ਨੂੰ ਨੱਪਾਂਗੇ। ਤਾਂ ਸਾਈਡ ਤੋਂ ਜਿਹੜਾ ਜੀ ਆਪਣਾ ਪੇੜੇ ਦਾ ਆਟਾ, ਤਾਂ ਉਹਨੂੰ ਆਪਾਂ ਜਿਹੜਾ ਜੀ ਤਾਂ ਉਹਨੂੰ ਚੱਕ ਕੇ ਲਿਆਵਾਂਗੇ। ਤਾਂ ਇਸ ਤਰ੍ਹਾਂ ਜਿਹੜਾ ਜੀ ਤੁਸੀਂ ਉੱਪਰ ਨੂੰ ਚੱਕ ਕੇ ਲਿਆਉਣਾ ਆਟੇ ਨੂੰ। ਤਾਂ ਇਸ ਤਰ੍ਹਾਂ ਜਿਹੜਾ ਜੀ ਪਰੌਂਠਾ ਮੂਲੀ ਦਾ ਬਹੁਤ ਵਧੀਆ ਬਣਦਾ। ਅਤੇ ਇਸ ਤਰ੍ਹਾਂ ਆ ਕੇ ਕਰ ਦੇਣਾ ਜੀ ਤੁਸੀਂ ਇਹਨੂੰ ਬੰਦ। ਅਤੇ ਜੇਕਰ ਜ਼ਿਆਦਾ ਆਟਾ ਬਚੇ ਤਾਂ ਉੱਪਰ ਤੋਂ ਲਾਹ ਲੈਣਾ। ਤਾਂ ਜਿਸ ਤਰ੍ਹਾਂ ਆਪਾਂ ਪੇੜਾ ਬਣਾਉਂਦੇ ਹੁੰਦੇ ਹਾਂ ਉਸ ਤਰ੍ਹਾਂ ਇਹਨੂੰ ਥੋੜ੍ਹਾ ਜਿਹਾ ਆਪਾਂ ਘੁਮਾਵਾਂਗੇ। ਤਾਂ ਲਓ ਜੀ ਉੱਪਰ ਤੋਂ ਜੋੜ ਆ ਜਿਹੜਾ ਜੀ ਇਹਦਾ ਬੰਦ ਹੋ ਚੁੱਕਿਆ। ਤਾਂ ਸੁੱਕਾ ਆਟਾ ਲਾ ਕੇ ਤਾਂ ਹੁਣ ਇਹਨੂੰ ਆਪਾਂ ਹੱਥ ਦੇ ਨਾਲ ਆ ਜਿਹੜਾ ਜੀ ਇਹਦਾ ਖਿਲਾਰ ਕਰਾਂਗੇ। ਤਾਂ ਲਓ ਜੀ ਦੂਜਾ ਪਰੌਂਠਾ ਜਿਹੜਾ ਆਪਣਾ ਸੈੱਟ ਚੁੱਕਿਆ ਅਤੇ ਲਾਹ ਲੈਂਦੇ ਹਾਂ। ਤਾਂ ਲਓ ਜੀ ਸੁੱਕਾ ਆਟਾ ਲਾਵਾਂਗੇ ਹੁਣ ਇਹਨੂੰ ਆਪਾਂ ਥੋੜ੍ਹਾ ਜਿਹਾ। ਤਾਂ ਹੁਣ ਜਿਹੜਾ ਜੀ ਇਹਨੂੰ ਆਪਾਂ ਵੇਲ ਲਾਂਗੇ। ਤਾਂ ਵੇਲਣ ਵੇਲੇ ਦਾ ਜਿਹੜਾ ਜੀ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ ਪਰੌਂਠਾ ਜਿਹੜਾ ਆਪਣਾ ਫਟੇ ਨਾ। ਤਾਂ ਲਓ ਜੀ ਪਰੌਂਠਾ ਜਿਹੜਾ ਆਪਾਂ ਵੇਲ ਲਿਆ। ਤਾਂ ਲਓ ਜੀ ਤਵੇ 'ਤੇ ਲਾਵਾਂਗੇ ਘਿਓ। ਤਾਂ ਘਿਓ ਆ ਜਿਹੜਾ ਜੀ ਤੁਸੀਂ ਜ਼ਰੂਰ ਲਾਉਣਾ। ਤਾਂ ਲਓ ਜੀ ਉੱਪਰਲੀ ਸਾਈਡ ਲਾਵਾਂਗੇ ਆਪਾਂ ਇਹਦੇ ਘਿਓ। ਤਾਂ ਹੁਣ ਕਰਾਂਗੇ ਸਾਈਡ ਚੇਂਜ। ਤਾਂ ਲਓ ਜੀ ਪਰੌਂਠਾ ਜਿਹੜਾ ਆਪਣਾ ਬਣ ਚੁੱਕਿਆ ਅਤੇ ਲਾਹ ਲੈਂਦੇ ਹਾਂ। ਹਾਂਜੀ ਕਰੋ ਲੁੱਕ ਚੈੱਕ ਜੀ, ਬਣੇ ਸਿਰਾ ਆਪਣੇ ਮੂਲੀ ਵਾਲੇ ਪਰੌਂਠੇ। ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਜ਼ਰੂਰ ਕਰਨਾ ਅਤੇ ਕਮੈਂਟ ਦੇ ਵਿੱਚ ਦੱਸਣਾ ਵੀ ਤੁਹਾਡੇ ਤੋਂ ਕਿੱਦਾਂ ਬਣੇ। ਤਾਂ ਜੇਕਰ ਤੁਹਾਨੂੰ ਮੇਰੇ ਮੂਲੀ ਪਰੌਂਠਿਆਂ ਦੀ ਰੈਸਪੀ ਆਈ ਹੈ ਪਸੰਦ, ਤਾਂ ਫਿਰ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਕਰ ਦੇਣਾ ਪ੍ਰੈੱਸ, ਤਾਂ ਜੋ ਤੁਹਾਡੇ ਤੱਕ ਅਗਲੀ ਰੈਸਪੀ ਦੀ ਵੀਡੀਓ ਜਲਦ ਤੋਂ ਜਲਦ ਪਹੁੰਚ ਸਕੇ। ਲਓ ਜੀ ਫਿਰ ਮਿਲਦੇ ਹਾਂ ਕਿਸੇ ਅਗਲੀ ਰੈਸਪੀ ਦੇ ਨਾਲ। ਵੀਡੀਓ ਵੇਖਣ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ।